ਕਾਲੀਆਂ ਦੇਖੋ, ਕਾਲੀਆਂ ਇਹਨਾਂ ਦੀਆਂ ਹੁਣ ਦੇਖੇ। ਹੁਣ ਲੇਟ ਹੋ ਗਏ ਆ ਸਿੰਘ ਸਾਹਿਬ ਆਪਣੇ। ਚਲੋ 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 ਸ਼ਾਬਾਸ਼, ਚਲੋ ਕੰਮ ਤੇ, ਚਲੋ 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 ਸ਼ਾਬਾਸ਼, ਗੁੱਡ ਗੁੱਡ, ਚਲੋ ਨਿਕਲੋ ਨਿਕਲੋ, ਛੇਤੀ ਛੇਤੀ ਛੇਤੀ, ਸ਼ਾਬਾਸ਼ ਸ਼ਾਬਾਸ਼, ਲੇਟ ਆ ਤੁਸੀਂ ਤੇ ਦੇਖੋ ਕਾਲੀਆਂ ਪਈਆਂ, ਚਾਹ ਦੀਆਂ ਵੀ ਤੇ ਕੰਮ ਦੀਆਂ ਵੀ। ਕਿਉਂ ਮੁੰਡੇ ਚਾਹ ਵੀ ਵਾਲੇ ਮਾਰ ਰਹੀ ਆ ਮੁੰਡੇ ਆਪਣੇ ਰੈਡੀ ਹੁੰਦੇ ਅੱਜ। ਮੈਂ ਮਾਹੌਲ ਦਿਖਾਉਣਾ ਤੁਹਾਨੂੰ ਆਪਣੇ ਅਪਾਰਟਮੈਂਟ ਦਾ। ਹਲੇ ਉਦਾਂ ਸਫਾਈ ਸਫੁਈ ਤਾਂ ਨਹੀਂ ਬੜੀ ਕੀਤੀ ਨੀ, ਹੁਣ ਕਿਉਂਕਿ ਕੰਮਾਂ ਕੁਮਾਂ ਲਈ ਜਾਣਾ ਆ ਸਾਰਿਆਂ ਨੇ। ਇਹ ਮੁੰਡੇ ਸਾਰੇ ਰੈਡੀ ਆ ਤਕਰੀਬਨ। ਆਹ ਦੇਖੋ ਭਰਾ ਦਾ ਹੇਅਰ ਕੱਟ ਦੇਖੋ, ਇਹਨੂੰ ਕਰ ਰਾਜਨ, ਰੋਪੜ ਰੋਪੜੀਆ ਰੋਪੜੀਆ ਜਿੰਦਾ ਰੋਪੜੀਆ ਜਿੰਦਾ ਕਹਿੰਦੇ ਬਹੁਤ ਮਸ਼ਹੂਰ ਆ। ਇਹ ਵੀ ਮੁੰਡਾ ਘੈਂਟ ਆ ਜੀ, ਅਜੇ ਭਰਾ ਆ ਆਪਣਾ, ਇਹ ਵੀ ਅੱਜ ਪਹਿਲੇ ਦਿਨ ਕੰਮ ਤੇ ਚੱਲੇ ਆ। ਇਹ ਆਪਣਾ ਜੱਸਾ ਭਰਾ ਆ, ਇਹ ਵੀ ਪਹਿਲੇ ਦਿਨ ਅੱਜ ਚੱਲੇ ਕੰਮ ਤੇ, ਕੱਲ ਇਹਨਾਂ ਨੂੰ ਮਿਲ ਗਏ ਸੀ ਸਾਰਾ ਕੁਛ, ਹੁਣ ਅੱਜ ਚੱਲੇ ਆ। ਇਹ ਬੂਟਾ ਆਪਣਾ, ਇਹ ਪਿਆਰ ਨਾਲ ਇਹਨਾਂ ਬੂਟਾ ਰੱਖਿਆ ਆ। ਸਾਨੂੰ ਨਾ ਚੱਲ ਮੇਰੇ ਪੁੱਤ ਵਾਲੀ ਫੀਲਿੰਗ ਆਉਂਦੀ, ਤਾਂ ਕਰਕੇ ਇਹਦਾ ਨਾ ਬੂਟਾ ਰੱਖਿਆ ਸੀ। ਇਹ ਫਨੀ ਆ ਬੰਦਾ, ਵਧੀਆ ਵਧੀਆ ਮੁੰਡਾ। ਚਲੋ ਬਾਕੀ ਇੱਧਰ ਖਲਾਰਾ ਇੱਦਾਂ ਪਿਆ ਆ, ਬਾਕੀ ਮੁੰਡੇ ਹੱਲੇ ਨਹਾਉਂਦੇ ਧੋਂਦੇ ਆ ਸਾਰਾ ਕੁਛ ਆਪਣਾ। ਇਹ ਸਨੀ ਆਪਣਾ ਹਿਮਾਚਲ ਤੋਂ ਆ ਮੁੰਡਾ, ਵੈਸੇ ਅਸੀਂ ਹਾਸੇ ਨਾਲ ਨਾਂ ਦਾ ਚਾਹੁੰਦੇ ਕਿ ਚੱਲ ਮੇਰੇ ਪੁੱਤ ਵਾਲੇ ਅਸੀਂ ਕਰੈਕਟਰ ਦੇਣ ਡਏ ਆ। ਆਹ ਤਬਰੇਜ ਆ ਇੱਧਰ ਆਪਣਾ, ਤਬਰੇਜ ਆ ਇਹ, ਠੀਕ ਆ, ਹਾਸੇ ਵਾਲੇ ਕਰੈਕਟਰ ਆ ਇਹ। ਬਸ ਹੌਲੀ ਹੌਲੀ ਅਸੀਂ ਨਾ ਫਾਇੰਡ ਕਰ ਰਹੇ ਕਿਹੜਾ ਬੰਦੇ ਤੇ ਕਿਹੜਾ ਟਾਈਟਲ ਸੂਟ ਕਰੂਗਾ, ਫਿਰ ਉਸ ਹਿਸਾਬ ਨਾਲ ਆਪਾਂ ਬਣਾ ਰਹੇ ਹਾਂ, ਠੀਕ ਆ ਨਾ। ਬਾਲਾ ਵੈਦਰ ਦੇਖੋ ਅੱਜ ਬੜਾ ਘੈਂਟ ਆ, ਬੱਦਲ ਹੋਏ ਆ, ਕੰਮ ਲਈ ਬਹੁਤ ਵਧੀਆ ਮੌਸਮ, ਬਸ ਮੀਂਹ ਨਾ ਆਵੇ, ਕੰਮ ਲਈ ਵਧੀਆ ਵੈਦਰ। ਆਲਾ ਦੁਆਲਾ ਲੋਕੈਲਿਟੀ ਸਾਡੀ ਦੇਖ ਲਓ, ਆਲੇ ਦੁਆਲੇ ਵਾਲੀ ਨਜ਼ਾਰੇ ਆ। ਆਹ ਹੁਣ ਭਰਾ ਸਾਨੂੰ ਦਿਖਾਊਗਾ ਕਿੱਦਾਂ ਆਪਾਂ ਵੋਲਟ ਦੀ ਆਈ ਡੀ ਔਨ ਕਰਦੇ ਹਾਂ, ਲੋਜ ਕਰ ਲਈ ਆ। ਹੁਣ ਦੇਖਦੇ ਹਾਂ ਹੁਣ ਆਰਡਰ ਆਉਂਦਾ ਕਿੱਦਾਂ ਔਨ ਹੋਣੀ, ਤਾਂ ਔਨ ਹੋ ਜਾਂਦੀ ਆ। ਥੋੜ੍ਹਾ ਥੋੜ੍ਹਾ ਅਸੀਂ ਇਨਫੋਰਮੇਟਿਵ ਵੀਡੀਓ ਦੇਈਏ, ਲੈ ਇਹਦੀ ਆਈ ਡੀ ਬਣੀ ਆ, ਡਿਮਾਂਡ ਪੂਰੀ ਆ ਇਸ ਵੇਲੇ, ਡੰਡੇ ਚੜੇ ਹੋਏ ਉੱਤੇ, ਐਨ ਕੰਮ ਪੂਰਾ ਚੱਲ ਰਿਹਾ ਇਸ ਵੇਲੇ। ਹੁਣ ਜਿਹੜਾ ਜਾਊਗਾ ਔਨ ਕਰ ਲਾ, ਔਨਲਾਈਨ ਹੋ ਗਿਆ ਭਰਾ ਆਪਣਾ। ਦੇਖੀਏ ਹੁਣ ਇਹਨੂੰ ਕਿੱਦਾਂ ਆਰਡਰ ਪੈਂਦਾ, ਤੁਹਾਨੂੰ ਲੱਗ ਜੂ ਪਤਾ ਇੱਦਾਂ ਇੱਦਾਂ ਆਰਡਰ। ਬਸ ਜਦੋਂ ਔਨਲਾਈਨ ਹੋ ਜਾਂਦੇ, ਇੱਥੇ ਨਾਲ ਹੀ ਥੱਲੇ ਟਿੰਗ 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 ਹੋਣੀ ਸ਼ੁਰੂ ਹੋ ਜਾਣੀ ਹੈ, ਨਾਲੇ ਤੁਸੀਂ ਆਰਡਰ ਆਪਣਾ ਅਸੈਪਟ ਕਰ ਸਕਦੇ ਹਾਂ। ਇਹ ਹੈ ਜੀ ਜਗਰੇਬ ਸਿਟੀ, ਜਗਰੇਬ ਸਿਟੀ ਕਰੋਸ਼ੀਆ ਦੀ। ਆਪਾਂ ਇਸ ਟਾਈਮ ਹੈਗੇ ਆਲ ਸੀਜ਼ਨ ਹੋਮ ਜਗਰੇਬ ਦੇ ਕੋਲ, ਇੱਥੇ ਸਾਡਾ ਅਪਾਰਟਮੈਂਟ ਹੈ, ਓਕੇ, ਇੱਥੇ ਰਹਿੰਦੇ ਹਾਂ ਅਸੀਂ। ਇੱਥੋਂ ਅਸੀਂ ਜਾਣਾ, ਨਾਮ ਵੀ ਨਾ ਹਲੇ ਮੂੰਹ ਨਹੀਂ ਚੜਦੇ ਆਪਣੇ, ਕਸਤੂਸ ਜਿਸ ਕੀ ਇਦਾਂ ਦਾ ਕੁਝ ਨਾ ਆ ਸਾਡੇ ਏਰੀਏ ਦਾ, ਹਨਾ, ਹਲੇ ਮੂੰਹ ਨਹੀਂ ਚੜਦੇ ਯਾਰ ਨਾ। ਬਾਕੀ ਦੇਖੀਏ ਜਦੋਂ ਹੁਣ ਆਰਡਰ ਕੋਈ ਆਉਂਦਾ, ਤੁਹਾਨੂੰ ਦਿਖਾਉਣੇ ਕਿੱਦਾਂ ਚੱਕਣਾ ਆ, ਜਲਦੀ ਦਿਖਾਉਣੇ ਤੁਹਾਨੂੰ। ਦੇਖੋ ਮੁੰਡੇ ਰੈਡੀ ਹੁੰਦੇ ਆ, ਸਾਡੀਆਂ ਗੱਡੀਆਂ ਵੀ ਰੈਡੀ ਆ ਜਾਣ ਲਈ। ਲੋਕੇਸ਼ਨ ਦੇਖੋ ਬਾਕੀ ਸਾਡੀ ਕਿੰਨੀ ਘੈਂਟ ਆ, ਦੇਖੋ ਰਿਲੈਕਸ ਹੋ ਜਾਂਦਾ ਮਾਇੰਡ ਜਦੋਂ ਬਾਹਰ ਨਿਕਲਦੇ ਹਾਂ ਅਸੀਂ ਨਾ। ਜਦੋਂ ਵੀ ਬੋਲਟ ਵਾਲੀ ਟੀਮ ਚੱਲੀ ਆ ਆਲਮੋਸਟ ਰੈਡੀ, ਕਾਇਮ ਆ ਮੁੰਡੇ, ਕਰ ਲਓ ਆਈਡੀਆਂ ਆਉਣ ਆਪਣੀਆਂ ਅਤੇ ਹੋ ਜਾਓ ਸਿੱਧੇ ਜਿਹੇ ਕੰਮਾਂ ਵੱਲ ਨੂੰ। ਅੱਜ ਪਹਿਲਾ ਦਿਨ ਆ ਇਹਨਾਂ ਮੁੰਡਿਆਂ ਦਾ,
ਤਿੰਨਾਂ ਦਾ ਉਹ ਬਾਕੀ ਦਾ ਭਰਾ ਪੁਰਾਣੇ ਆ ਫਸਟ ਡੇ ਦੇਖੋ ਸਕੂਟਰੀਆਂ ਸਾਈਕਲ ਸਾਡਾ ਅਪਾਰਟਮੈਂਟ ਲੋ ਜੀ ਟੀਮ ਰੈਡੀ ਆ ਜਾਣ ਨੂੰ ਚੰਗਾ ਵੀ ਗੁੱਡ ਲੱਕ ਮੁੰਡਿਓ ਗੁੱਡ ਲੱਕ ਪਹਿਲੇ ਦਿਨ ਵਾਲੀ ਚਲੋ ਚਲੋ ਸ਼ਾਬਾਸ਼ ਚੱਲ ਬਰਨਾਲੇ ਵਾਲਿਆ ਚੱਲ ਬਈ ਜੱਸਿਆ ਕਾਇਮ ਹੋ ਜਾ ਹੁਣ ਮੁੰਡਿਓ ਸ਼ਾਬਾਸ਼ ਗੁੱਡ ਲੱਕ ਸਾਨੂੰ ਸਾਰਿਆਂ ਨੂੰ ਪਹਿਲਾ ਦਿਨ ਤੁਹਾਡਾ ਹਾਂ ਸੇਫਟੀ ਨਾਲ ਸ਼ਾਬਾਸ਼ ਚੰਗਾ ਮੁੰਡਿਓ ਚੰਗਾ ਜੀ ਚੰਗਾ ਜੱਸੇ ਓਕੇ ਬਣਾਏ ਗੁੱਡ ਲੱਕ ਚਲੋ ਹੁਣ ਕੋਚ ਸਾਹਿਬ ਵੀ ਜਾਣਗੇ ਚਾਰਾਂ ਨੂੰ ਇਹਨਾਂ ਨੇ ਟ੍ਰੇਨਿੰਗ ਦਿੱਤੀ ਆ ਹੁਣ ਦੇਖਦੇ ਆ ਇਹਦੇ ਚੇਲੇ ਸ਼ਾਮ ਨੂੰ ਰਿਵਿਊ ਕੀ ਦਿੰਦੇ ਆ ਆ ਕੇ ਫੀਡਬੈਕ ਉਹਨਾਂ ਦੀ ਵੀ ਲਵਾਂਗੇ ਕੋਚ ਸਾਹਿਬ ਨੇ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਇਹ ਚਾਰੇ ਮੁੰਡੇ ਵਧੀਆ ਵਧੀਆ ਕੰਮ ਕਰਨ ਮੈਂ ਕਿਹਾ ਖਿੱਚ ਕੇ ਚੱਲ ਵਧੀਆ ਟ੍ਰੇਨਿੰਗ ਦੇਣ ਦੀ ਉਹਨੂੰ ਬਹੁਤੀ ਜ਼ਿਆਦਾ ਲੋੜ ਨਹੀਂ ਪਈ ਹੈ ਮੋਸਟਲੀ ਸਹੀ ਆ ਮੁੰਡੇ ਜਾਣੀ ਪਤਾ ਦਾ ਜਾਣ ਜਿਹੜੀ ਫੁਰਤੀਲੀ ਵਾਲੇ ਬੰਦੇ ਆ ਓਕੇ ਉਮੀਦ ਹੈ ਕਿ ਮਹੀਨੇ ਕੁ ਤੱਕ ਹੀ ਨਹੀਂ ਬਣਾਈ ਲੈਣਾ 12-1300 ਯੂਰੋ ਆ ਤੇਰੇ ਸਕਦੇ ਖਰਚੇ ਕੱਢ ਕੇ ਖਰਚੇ ਕੱਢ ਚੱਲ ਠੀਕ ਆ ਫੇਰ ਤਾਂ ਗੁੱਡ ਆ ਬਾਕੀ ਹੁਣ ਆਪਾਂ ਜਾਣਾ ਸਾਡਾ ਘਰ ਤੇ ਰੈਡੀ ਹੋਈ ਹੈ ਕੋਚ ਸਾਹਿਬ ਤਾਂ ਰੈਡੀ ਰਹਿੰਦੇ ਆ ਜੀ ਰੈਡੀ ਹੋ ਰਹਿੰਦੇ ਆ ਚਲੋ ਕੋਚ ਸਾਹਿਬ ਨੂੰ ਵੀ ਆਪਾਂ ਤੋਰੀਏ ਗੁੱਡ ਲੱਕ ਕਰਕੇ ਤੇ ਅਸੀਂ ਹਲੇ ਸ਼ੋਪਿੰਗ ਕਰਨ ਚੱਲੇ ਹਾਂ ਗਰੋਸਰੀ ਲਿਆਉਣ ਵਾਲੀ ਆ ਫੇਰ ਜਾਵਾਂਗੇ ਆਪਾਂ ਚੱਲ ਚੱਲ ਸ਼ਾਬਾਸ਼ ਕੋਚ ਸਾਹਿਬ ਬਾਏ ਗੁੱਡ ਲੱਕ ਆ ਜਾ ਤੂੰ ਵੀ ਆ ਜਾ ਤੂੰ ਲੇਟ ਹੋ ਗਿਆ ਥੋੜ੍ਹੇ ਧਰਮਵੀਰ ਇਹ ਆਇਆ ਵੀ ਲੇਟ ਸੀ ਰਾਤੀ ਇਹ ਵੀ ਹੁਣ ਚੱਲ ਨਾਲ ਲੱਗਦਾ ਇਹ ਵੀ ਚੱਲਿਆ ਹੁਣ ਇਹਨੂੰ ਵੀ ਪਹਿਲਾਂ ਸਾਈਕਲ 'ਤੇ ਸੀ ਹੁਣ ਇਹਨੂੰ ਵੀ ਸਕੂਟਰੀ ਮਿਲ ਗਈ ਆ ਇਹਦੀ ਇੰਟਰਵਿਊ ਵੀ ਤੁਹਾਨੂੰ ਪਹਿਲਾਂ ਦਿਖਾਈ ਸੀਗੀ ਇਹ ਵੀ ਸਾਡੇ ਅਪਾਰਟਮੈਂਟ 'ਚ ਸ਼ਿਫਟ ਹੋ ਗਿਆ ਉੱਪਰਲੇ 'ਚ ਹੋ ਗਿਆ ਆ ਦੇਖੋ ਇੱਦਾਂ ਖੋਲੋ ਸੀਟ ਆਹ ਬੈਟਰੀ ਆ ਇਹਦੀ ਫਿਰ ਇੱਕ ਵਾਰੀ ਤੁਹਾਨੂੰ ਦੱਸ ਦਈਏ ਬੈਟਰੀ ਪਹਿਲਾਂ ਬੰਦ ਵੀ ਕਰਨਾ ਠੀਕ ਆ ਚੱਲ ਠੀਕ ਆ ਮੁੰਡੇ ਮਿਲਦੇ ਆ ਆਪਾਂ ਓਕੇ ਬਾਏ 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 ਇੱਕ ਕਿਲੋ ਲੱਗਦਾ ਨਹੀਂ ਪਰ ਮੈਂ ਡਿਲੀਵਰੀ ਕਰਨ ਨਹੀਂ ਕੋਈ ਬਹੁਤ ਵੱਡਾ ਜਿਹਾ ਕਿਲੋ ਆਇਆ ਇੱਥੇ ਵਧੀਆ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਸਾਰਿਆਂ ਦਾ ਭਰਾ ਆਪਾਂ ਨੂੰ ਮਿਲਿਆ ਅੱਜ ਡਿਲੀਵਰੀਆਂ ਕਰਦੇ ਕਰਦੇ ਫਲੋਰੋਂ ਖਾਸ ਫਲੋਰੋਂ ਕਹਿੰਦਾ ਮੈਂ ਬਿਲ ਕੇ ਕਾਫੀ ਆਉਂਦਾ ਰਿਹਾ ਉਹਨੂੰ ਸਾਰੇ ਪਤਾ ਬਿਲ ਕੇ ਬਾਰੇ ਆ ਜਾ ਫਿਰ ਮੁੰਡਿਆ ਇਹ ਗਲੋਬਲ 'ਚ ਕੰਮ ਕਰਦਾ ਆ ਅਤੇ ਆਪਾਂ ਹੈਗੇ ਹਾਂ ਬੋਲਟ ਵਾਲੇ ਹੈ ਨਾ ਹੋਰ ਕਿੱਦਾਂ ਫਿਰ ਸਿਹਤਾਂ ਸਿਹਤਾਂ ਬਾ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਭਰਾ ਨੂੰ ਹੋਈ ਗਿਆ 2.5 ਮਹੀਨੇ ਹੋ ਗਏ ਕਿੱਦਾਂ ਚੱਲਦਾ ਕੰਮ ਕਾਰ ਵਧੀਆ ਆ ਕਿੱਦਾਂ ਲੱਗਾ ਫਿਰ ਕ੍ਰਿਸ਼ਿਆ ਕ੍ਰਿਸ਼ਿਆ ਬਸ ਪਹਿਲੇ ਕੁ ਮਹੀਨੇ ਬਸ ਔਖਾ ਲੱਗਾ ਹੁਣ ਤਾਂ ਚਲੋ ਦਿਲ ਨੂੰ ਲੱਗ ਗਿਆ ਹੁਣ ਵਧੀਆ ਲੱਗਦਾ ਨਾ ਹੁਣ ਤਾਂ ਵਧੀਆ ਲੱਗਦਾ ਮੈਨੂੰ ਵੀ ਹੁਣ 2-3 ਦਿਨ ਹੀ ਹੋਏ ਲੈ ਕੰਮ ਕਰਦੇ ਨੂੰ ਹੌਲੀ ਹੌਲੀ ਹੋ ਜੂਗਾ ਸੈੱਟ ਜਿਹਾ ਹੋਰ ਠੀਕ ਠਾਕ ਆ ਸਭ ਹੋਰ ਕਹਿਣਾ ਕਹਿ ਰਹੇ ਮੇਰਾ ਪਰਵੀਰ ਕੇ ਪੰਜਾਬੀ ਨੂੰ ਕੋਈ ਸੁਨੇਹਾ ਦੇਣਾ ਤਾਂ ਆਰਡਰ ਚੱਕਿਆ ਆ ਬਸ ਹੁਣ ਚੱਲੀਏ ਹੁਣ ਬਸ ਮੈਂ ਵੀ ਹੁਣ ਆਰਡਰ ਅੰਦਰ ਚੱਕ ਲਗਾ 11 ਵੱਜ ਗਏ ਆ ਮੈਕੜੀ ਆਏ ਸੀ ਅਸੀਂ ਮੈਕੜੀ ਦਾ ਲੋਗੋ ਉੱਪਰ ਦੇਖੋ ਘੈਂਟ ਆ ਨਾ ਨਜ਼ਾਰਾ ਸਾਰਾ ਆਲਾ ਦੁਆਲਾ ਦੇਖੋ
ਰਾਤ ਦੇ ਕਿੰਨੇ ਵੱਜ ਗਿਆ ਵੀ ਦੱਸਦੇ ਮੈਡਮ ਮਿੱਤਰਾ? ਪੌਣੇ 11 ਹੋ ਗਏ, ਪਰ ਦੇਖੋ ਇੱਥੇ ਆਲੇ ਦੁਆਲੇ ਰੌਣਕਾਂ ਹੱਲੇ ਵੀ ਐਨ ਇੱਦਾਂ ਹੀ ਆ। ਇਹਨਾਂ ਵਾਸਤੇ ਰਾਤ ਨਹੀਂ ਹੈਗੀ, ਇਹਨਾਂ ਵਾਸਤੇ ਕੋਈ ਰਾਤ ਨਹੀਂ, ਤੇਰੀ ਗੱਲ ਮੰਨਣ ਵਾਲੀ ਹੈ ਬਿਲਕੁਲ। ਚਲੋ ਜੀ ਮਿਲਦੇ ਹਾਂ। ਇਹ ਹੈਗਾ ਪਲੋਡਾਈਨਾ, ਪਿੱਛੇ ਮੇਰੇ ਲਿਖਿਆ ਹੋਇਆ, ਕਾਫੀ ਵੱਡਾ ਮੌਲ ਹੈ ਇਹ, ਜੈੱਡ ਸੈਂਟਰ ਕਹਿੰਦੇ ਨੂੰ, ਜੈੱਡ ਸੈਂਟਰ ਵੈਸੇ ਕਹਿੰਦੇ ਇਹਨੂੰ, ਮੇਨ ਪਲੇਸ ਆ ਇਹ ਜਗਰੇਬ ਦੀ। ਚਲੋ ਜੀ ਮਿਲਦੇ ਹਾਂ ਜਲਦੀ, ਬਾਏ ਬਾਏ।